ਹਿਸਾਰ ਦਾ ਗਰੂਹਤਾ ਮੇਲਾ ਹਰਿਆਣਾ ਦੇ ਵਿਕਾਸ ਦੇ ਰਾਹ ਵਿੱਚ ਮੀਲ ਦਾ ਪੱਥਰ ਸਾਬਿਤ ਹੋਇਆ ਤੇ ਡਾਕਟਰ ਸੁਭਾਸ਼ ਚੰਦਰਾ ਨੇ ਅਮਿਤ ਸ਼ਾਹ ਦੀ ਗੁਜ਼ਾਰਿਸ਼ ਨੂੰ ਸਨਮਾਨ ਦਿੰਦੇ ਹੋਏ ਇਹ ਵੀ ਦੱਸਿਆ ਕਿ ਉਹ ਜਨ ਸਰੋਕਾਰ ਦੇ ਕੰਮ ਲਈ ਹਮੇਸ਼ਾ ਤਿਆਰ ਰਹਿੰਦੇ ਨੇ। ਹਿਸਾਰ ਦੇ ਅਗਰੋਹਾ ਮੇਲੇ ਵਿੱਚ ਹਰਿਆਣਾ ਦੇ ਵਿਕਾਸ ਦੀ ਨਵੀਂ ਇਬਾਰਤ ਲਿਖੀ ਗਈ। ਵਿਸ਼ਾਲ ਜਨਸਭਾ ਨੂੰ ਸੰਬੋਧਿਤ ਕਰ ਰਹੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਬੀਜੇਪੀ ਦੇ ਕੌਮੀ ਮੁਖੀ ਅਮਿਤ ਸ਼ਾਹ ਨੇ ਹਰਿਆਣਾ ਸਣੇ ਦੇਸ਼ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਰਾਜ ਸਭਾ ਮੈਂਬਰ ਡਾਕਟਰ ਸੁਭਾਸ਼ ਚੰਦਰਾ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਹਰਿਆਣਾ ਦੇ 5 ਪਿੰਡਾਂ ਨੂੰ ਗੋਦ ਲੈਣ ਅਤੇ ਉਹਨਾਂ ਨੂੰ ਆਦਰਸ਼ ਪਿੰਡ ਦੇ ਤੌਰ ਉੱਤੇ ਵਿਕਸਿਤ ਕਰਨ। ਫਿਰ ਸੇ ਇੱਕ ਵਾਰ ਅਗ੍ਰਸੈਨ ਸਮਿਤੀ ਕਾ ਔਰ ਭਾਈ ਸੁਭਾਸ਼ ਜੀ ਕਾ ਹਿਰਦਯ ਪੂਰਵਕ ਮੈਂ ਧੰਨਵਾਦ ਕਹਿਣਾ ਚਾਹਤਾ ਹੂੰ ਔਰ ਸੁਭਾਸ਼ ਜੀ ਕੋ ਅਪੀਲ ਵੀ ਕਰਨਾ ਚਾਹਤਾ ਹੂੰ ਕਿ ਨਰੇਂਦਰ ਭਾਈ ਨੇ ਸਭੀ ਸਾਂਸਦੋ ਕੋ ਅਪੀਲ ਕੀਆ ਹੈ ਕਿ ਆਪਣੇ ਖੇਤਰ ਮੇਂ 5 ਗਾਓਂ ਕੋ ਲੇ ਔਰ ਉਨਕੋ ਆਦਰਸ਼ ਗਾਂਵ ਬਣਾਏ। ਸੁਭਾਸ਼ ਜੀ ਵੀ ਅਬ ਸਾਂਸਦ ਹੋ ਚੁਕੇ ਹੈ, ਚਾਹੇ ਭਾਰਤੀ ਜਨਤਾ ਪਾਰਟੀ ਕੇ ਨਾ ਹੋ ਮਗਰ ਦੇਸ਼ ਕੀ ਸੰਸਦ ਕੇ ਸਾਂਸਦ ਹੈ। ਤੋ ਮੈਂ ਉਨਕੋ ਅਪੀਲ ਕਰਨਾ ਕਰ ਰਹਾ ਹੂੰ ਕਿ ਆਪ ਵੀ 5 ਗਾਓਂ ਕੋ ਲੀਜੀਏ, ਪ੍ਰਭੂ ਨੇ ਬਹੁਤ ਕੁਛ ਆਪਕੋ ਦਿਆ ਹੈ, ਆਪ ਉਨ ਗਾਓਂ ਕੋ ਦੇਕਰ ਉਨ ਗਾਓਂ ਕੋ ਆਗੇ ਬਢਾਨੇ ਕਾ ਕਾਮ ਦੀਜੀਏ ਕਰੀਏ। ਅਗਰੋਹਾ ਮੇਲੇ ਦੇ ਇਸ ਸ਼ਾਨਦਾਰ ਸਮਾਗਮ ਦੀ ਅਗਵਾਈ ਕਰ ਰਹੇ ਰਾਜ ਸਭਾ ਮੈਂਬਰ ਡਾਕਟਰ ਸੁਭਾਸ਼ ਚੰਦਰਾ ਨੇ ਵੀ ਅਮਿਤ ਸ਼ਾਹ ਦੀ ਗੁਜ਼ਾਰਿਸ਼ ਨੂੰ ਸਨਮਾਨ ਦਿੰਦੇ ਹੋਏ ਫੌਰਨ ਕਬੂਲ ਕੀਤਾ ਅਤੇ ਸਟੇਜ ਤੋਂ ਇਹ ਐਲਾਨ ਕਰ ਦਿੱਤਾ ਕਿ ਉਹ ਹਰਿਆਣਾ ਦੇ 5 ਪਿੰਡਾਂ ਦੇ ਨਾਲ 6 ਪੰਚਾਇਤਾਂ ਨੂੰ ਗੋਦ ਲੈ ਰਹੇ ਨੇ ਜਿਨ੍ਹਾਂ ਨੂੰ ਉਹ ਆਦਰਸ਼ ਪਿੰਡ ਹੀ ਨਹੀਂ ਬਲਕਿ ਸਮਾਰਟ ਵਿਲੇਜ ਬਣਾਉਣਗੇ। ਲੇਕਿਨ ਆਪਨੇ ਅਭੀ ਕਹਾ ਤੋ ਮੈਂ ਆਪਕੇ ਸਾਹਮਣੇ ਹੀ ਆਪਕੇ ਆਦੇਸ਼ਾਂ ਅਨੁਸਾਰ ਮੈਂ ਇਹ ਘੋਸ਼ਣਾ ਕਰਤਾ ਹੂੰ ਕਿ ਹਿਸਾਰ ਕੇ ਪਾਸ ਆਦਮਪੁਰ ਮੰਡਲ ਉਪ ਮੰਡਲ ਮੇਂ 5 ਗਾਓਂ ਔਰ 6 ਪੰਚਾਇਤੇ ਵਹਾਂ ਹੈ ਜੀ, ਉਨਕੋ ਮੈਂ ਲੇਤਾ ਹੂੰ ਔਰ ਉਨਕੋ ਨਰਿੰਦਰ ਭਾਈ ਮੋਦੀ ਕੇ ਸੁਪਨੇ ਕੇ ਅਨੁਸਾਰ ਕੇਵਲ ਆਦਰਸ਼ ਗਾਓਂ ਹੀ ਨਹੀਂ ਬਲਕਿ ਉਨਕੋ ਸਮਾਰਟ ਵਿਲੇਜਿਸ ਬਣਾ ਕੇ ਆਪਕੋ 1.5 ਵਰਸ਼ ਮੇਂ ਦੇ ਦੇਂਗੇ। ਰਾਜ ਸਭਾ ਮੈਂਬਰ ਡਾਕਟਰ ਸੁਭਾਸ਼ ਚੰਦਰਾ ਲਗਾਤਾਰ ਹਰਿਆਣਾ ਅਤੇ ਦੇਸ਼ ਦੇ ਵਿਕਾਸ ਦੇ ਲਈ ਕੰਮ ਕਰ ਰਹੇ ਨੇ। ਅਜਿਹੇ ਵਿੱਚ ਹਰਿਆਣਾ ਦੇ 5 ਪਿੰਡਾਂ ਦੇ ਨਾਲ 6 ਪੰਚਾਇਤਾਂ ਨੂੰ 1.5 ਸਾਲ ਦੇ ਵਿੱਚ ਸਮਾਰਟ ਵਿਲੇਜ ਦੇ ਤੌਰ ਉੱਤੇ ਵਿਕਸਿਤ ਕਰਨ ਦਾ ਵਾਅਦਾ ਕਰਕੇ ਡਾਕਟਰ ਚੰਦਰਾ ਨੇ ਇੱਕ ਵਾਰ ਫਿਰ ਤੋਂ ਆਪਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਜਾਣੂ ਕਰਵਾ ਦਿੱਤਾ ਹੈ। ਕੁਲਵੀਰ ਦੀਵਾਨ ਦੇ ਨਾਲ ਮਹਿੰਦਰ ਸਿੰਘ, ਜ਼ੀ ਮੀਡੀਆ, ਹਿਸਾਰ।